सिर्फ एक बंदा ही है जो अज के टाइम सपोर्ट करता ढिल्लों बठिंडे वाला, मनदीप ढिल्लों। सब तो बड़ी गल दस देना कि मैं कदे भी आपके फोन च PhD जट का यूट्यूब चैनल नहीं चलाया सी, ठीक है कदे भी उन्होंने फोन च उन्होंने लैपटॉप चलता इन्ना विश्वास किया भी आ लाइन एक यही है भी मतलब क्ढो तो बंदा छड़ो। मीह पैंदा सी बहुत ज्यादा, असीं सुनाम वाले पुल थले घट्टो घट्ट 5-6 घंटे खड़े रहे, ना कोई चाह पानी का बंदोबस्त कुछ नहीं सी। सत श्री अकाल दोस्तो, चढ़ते पंजाब वाले चैनल देख रहे सारे दोस्तों मित्रों का बहुत बहुत स्वागत है। तो अज आप है अपने घर पिंड कालेवाली, अपने को यार मित्र आए थे जिन्हों का एक यूट्यूब से चैनल है PhD जट नाम से, चैनल जाके तुसी सबसक्राइब कर लो, अपना लिंक जो है डिस्क्रिप्शन पा देंगे। तो बई होरी अज अपने घर आए हुए थे, कहते उन्होंने कोई प्रोजेक्ट बन चल रहा है, वीडियो बनवा रहे, उन्होंने पूरी टीम अज अपने को इतने हैगी है। तो उन्होंने करते हैं कुछ दिल दिन गल्ला, आओ बता। सत श्रीकाल भाई जी। सत श्रीकाल भाई जी, की नाम की है थोड़ा? मेरा नाम भाई विक्की चहल, तो पिंड है मेरा धर्मपुरा। भाई जी की स्टडी की कीती तुसीं? भाई मैं MA ते JBT कीती हुई है। ठीक है भाई जी, स्टडी करके MA करके JBT करके ना, तो इधर यूट्यूब पर जिहड़ियां भी यह हासी मजाक ला लो जां अपने जो समाज में सेध देने वाली वीडियो ला लो, इधर यूट्यूब वाले पासे तुहाडा जिहड़ा रुझान किवें होया? ਇਹ ਬਈ ਜਦੋਂ ਕਾਲਜ ਟਾਈਮ ਪੜ੍ਹਦੇ ਹੁੰਦੇ ਸੀਗੇ ਉਦੋਂ ਅਸੀਂ ਭੰਡ ਕਰਦੇ ਹੁੰਦੇ ਸੀਗੇ, ਆਪਣਾ ਇੱਕ ਪ੍ਰਸਿੱਧ ਲੋਕ ਆਪਾਂ ਕਹਿ ਦਈਏ ਵਿਰਸਾ ਉਹ ਭੰਡ ਉਹ ਕਰਦੇ ਹੁੰਦੇ ਸੀਗੇ, ਉਹ ਅਸੀਂ ਇੰਟਰਨੈਸ਼ਨਲ ਲੈਵਲ ਤੱਕ 2nd prize ਲੈਤਾ ਹੋਇਆਗਾ ਗੁਰੂ ਕਾਸ਼ੀ ਯੂਨੀਵਰਸਿਟੀ 'ਚ। ਅਤੇ ਉਸ ਤੋਂ ਬਾਅਦ BA ਕਰਨ ਤੋਂ ਬਾਅਦ ਫਿਰ ਜੋਬ ਮਿਲ ਗਈ ਸੀ ਬੈਂਕ 'ਚ, ਮੈਂ ਫਿਲਹਾਲ ਜੋਬ ਕਰ ਰਿਹਾ ਹੈਗਾ। ਅਤੇ ਉਸ ਤੋਂ ਬਾਅਦ ਬਸ ਹੁਣ ਪਰਮਾਨੈਂਟਲੀ ਜੋਬ ਕਰਦੇ ਕਰਦੇ ਨਾਲ ਮਤਲਬ ਇੱਧਰ ਯੂਟਿਊਬ ਨੂੰ ਵੀ ਹੈ ਨਾ। ਅਤੇ ਬਈ ਮਤਲਬ ਕੱਲੇ ਬੰਦੇ ਦੇ ਬਸ ਦੀ ਗੱਲ ਨਹੀਂ ਹੈਗੀ, ਜਿਹੜੀ ਮਤਲਬ ਟੀਮ ਮਤਲਬ ਸਟਾਰਟਿੰਗ ਤੋਂ ਜਿਹੜੀ ਹੈਗੀ ਆ ਉਹੀ ਟੀਮ ਹੈਗੀ ਹੈ ਕਿ ਮਤਲਬ ਚੇਂਜ ਹੁੰਦੇ ਰਹਿੰਦੇ ਜਾਂ ਕਿਵੇਂ ਆ? ਨਹੀਂ ਬਈ ਇਸ ਮੈਟਰ ਦੇ ਵਿੱਚ ਨਾ ਬਹੁਤ ਲੰਮੀ ਕਹਾਣੀ ਹੈ ਕਿ ਇਹ ਠੀਕ ਹੈ। ਫਿਲਹਾਲ ਜੋ ਹੁਣ ਟੀਮ ਮੇਰੇ ਨਾਲ ਕੰਮ ਕਰ ਰਹੀ ਆ ਉਹ ਸਾਰੇ ਮੇਰੇ ਪਿੰਡ ਦੇ ਮੁੰਡੇ ਆ, ਆਪਾਂ ਕਹਿ ਸਕੀਏ ਸਾਰੇ ਸਾਡੇ ਚਹਿਲ ਭਰਾ ਨੇ। ਠੀਕ ਹੈ। ਇੱਕ ਕਹਾਵਤ ਮਸ਼ਹੂਰ ਹੋਈ ਸੀਗੀ ਕਿ ਪਿੰਡ ਦਾ ਕੁੱਤਾ ਨਹੀਂ ਮਾਣ ਹੁੰਦਾ, ਠੀਕ ਹੈ, ਤਾਂ ਇਹ ਤਾਂ ਫਿਰ ਵੀ ਮੇਰੇ ਯਾਰ ਦੋਸਤ ਸੀ ਮੇਰੇ ਪਿੰਡ ਦੇ ਮੁੰਡੇ ਸੀ ਜਿਨ੍ਹਾਂ ਨੇ ਮੇਰਾ ਡੁੱਬਦੇ ਨੂੰ ਸਾਥ ਦਿੱਤਾ। ਠੀਕ ਹੈ। ਅਤੇ ਇਸ ਤੋਂ ਪਹਿਲਾਂ ਕਾਫੀ ਟਾਈਮ ਪਹਿਲਾਂ ਦੀ ਗੱਲ ਹੈ, ਬੇਸਿਕਲੀ ਮੈਂ ਡਾਇਰੈਕਟਰ ਤੌਰ 'ਤੇ ਕੰਮ ਕਰਦਾ ਸੀਗਾ। ਠੀਕ ਹੈ। ਕਿਸੇ ਨੂੰ ਸਟੋਰੀਆਂ ਲਿਖੀਆਂ ਜਿਵੇਂ ਤਰਨਾਟ ਝੰਜਰੋਂ, ਉਹਨੇ ਮੇਰੀਆਂ ਬਹੁਤ ਸਟੋਰੀਆਂ ਕੀਤੀਆਂ ਨੇ, ਢਿੱਲੋਂ ਬਠਿੰਡੇ ਵਾਲੇ, ਲਵਪ੍ਰੀਤ ਘੁਮਾਣ, ਰਾਣਾ ਨਿਰਵਾਣ, ਸ਼ੈਲੀ ਵਿਦੇਸ਼ਾ, ਆਪਣਾ ਕਮਲ ਬੋਸ ਟਿਕਟੋਕ ਸਟਾਰ ਸੀ ਮੁੰਡਾ, ਅਤੇ ਇਹਨਾਂ ਸਾਰਿਆਂ ਨੇ ਮੇਰੀਆਂ ਸਟੋਰੀਆਂ ਕੀਤੀਆਂ ਸੀਗੀਆਂ। ਤਾਂ ਇੱਕ ਟਾਈਮ ਸੀ ਕਿ 2019 ਦੇ ਵਿੱਚ ਮੇਰੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਬੈਂਕ ਦੇ ਮੁਲਾਜ਼ਮ, ਉਹ ਕੁਛ ਇੱਦਾਂ ਦਾ ਕਮੇਡੀ ਵੀਡੀਓ ਬਣਾਈ ਸੀਗੀ ਲਵਪ੍ਰੀਤ ਘੁਮਾਣ ਦੇ ਚੈਨਲ 'ਤੇ ਸੀਗੀ, ਉਹ ਬਹੁਤ ਵਾਇਰਲ ਹੋਈ ਸੀ। ਜਦੋਂ ਵੀਡੀਓ ਵਾਇਰਲ ਹੋਈ ਤਾਂ ਮੈਨੂੰ ਕਿਸੇ ਮਿੱਤਰ ਦਾ ਫੋਨ ਆਇਆ ਜਿਹਦੇ ਨਾਲ ਪਹਿਲਾਂ ਕੰਮ ਕਰਦਾ ਸੀਗਾ ਮੈਂ, ਠੀਕ ਹੈ, ਮੈਨੂੰ ਕਹਿੰਦਾ ਵੀ ਬਹੁਤ ਬਹੁਤ ਵਧਾਈਆਂ ਵੀ ਤੇਰੀ ਲਿਖੀ ਵੀਡੀਓ, ਜਿਹਦੇ ਉਹ ਵਿੱਚ ਮਾਡਲਿੰਗ ਵੀ ਕੀਤੀ ਸੀਗੀ ਮੈਂ, ਅਤੇ ਵੀਡੀਓ ਵਾਇਰਲ ਹੋਈ ਅਤੇ ਕਹਿੰਦਾ ਬਹੁਤ ਸੋਹਣਾ ਕੰਮ ਕੀਤਾ, ਮੈਂ ਬਈ ਥੈਂਕ ਯੂ। ਅਤੇ ਉਹ ਕਹਿੰਦਾ ਵੀ ਆਪਾਂ ਆਪ ਕੰਮ ਕਰ ਲਈਏ, ਉਹਨੂੰ ਵੀ ਕੁਛ ਨਾ ਕੁਛ ਸ਼ੌਂਕ ਸੀਗਾ। ਅਤੇ ਮੈਂ ਕਿਹਾ ਕੋਈ ਗੱਲ ਨਹੀਂ ਬਈ, ਚੱਲ ਹੈ ਨਾ ਵੀ 5-6 ਸਾਲ ਇਕੱਠੇ ਪੜ੍ਹੇ ਹੈ ਨਾ, ਵੀ ਯਾਰ ਦੋਸਤ ਹੈ, ਬਾਕੀ ਨਾ ਗੁਆਂਢੀ ਪਿੰਡਾਂ ਦੇ ਮੁੰਡੇ ਹਾਂ ਆਪਾਂ। ਚਲੋ ਰਲ ਮਿਲ ਕੇ ਕੀ ਕੀਤਾ ਕਿ ਚੈਨਲ ਬਣਾਇਆ, ਕੰਮ ਲੱਗ ਗਏ ਕਰਨ, ਵਧੀਆ ਵੀਡੀਓ ਚੱਲ ਗਈਆਂ, ਸਭ ਕੁਛ ਹੋ ਗਿਆ ਸੀ ਜੋ ਇੱਕ ਯੂਟਿਊਬਰ ਨੂੰ ਚਾਹੀਦਾ, ਸਭ ਕੁਛ ਮਿਲ ਗਿਆ ਸੀਗਾ ਉਹ। ਅੱਛਾ ਬਈ, ਮਤਲਬ ਪਹਿਲਾਂ ਜਿਹੜਾ ਤੁਹਾਡਾ ਚੈਨਲ ਸੀਗਾ ਉਹ ਹੋਰ ਸੀਗਾ? ਕੋਈ ਹੋਰ ਸੀ। ਅਤੇ ਬਈ ਨਾਮ ਕੀ ਸੀਗਾ ਉਹਦਾ? PhD ਜੱਟ ਰੱਖਿਆ ਸੀ ਬਈ, ਉਹ ਨਾਮ ਮੇਰਾ ਸੀ ਕਿਉਂਕਿ ਇਸ ਤੋਂ ਪਹਿਲਾਂ ਜੋ ਵੀ ਮੰਨ ਕੇ ਚੱਲੋ ਕਿ ਵੀਡੀਓ ਕਿਸੇ ਨੂੰ ਮੈਂ ਦਿੰਦਾ ਸੀ ਤਾਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਹਮੇਸ਼ਾ ਵਿੱਕੀ ਚੱਲ PhD ਜੱਟ ਲਿਖਦੇ ਹੁੰਦੇ ਸੀ, ਤਾਂ ਉਸ ਨਾਂ ਕਰਕੇ ਮੇਰੀ ਪਹਿਚਾਣ ਬਣੀ ਹੋਈ ਸੀ ਕੋਈ ਮੁੰਡਾ ਰਾਈਟਰ ਹੈਗਾ ਗਾ। ਅਤੇ ਬਈ ਜੀ ਮੰਨ ਲਓ ਤੁਸੀਂ ਇੱਕ ਚੈਨਲ ਬਣਾ ਲਿਆ ਹੈ ਨਾ PhD ਜੱਟ ਨਾਂ ਦੇ, ਐਲ ਜੀ ਕੀ ਗੱਲ ਹੋਈ ਕਿ ਤੁਹਾਨੂੰ ਚੈਨਲ ਵੀ ਹੋਰ ਚੇਂਜ ਮਤਲਬ ਹੋਰ ਬਣਾਉਣਾ ਪਿਆ ਅਤੇ ਜਿਹੜੀ ਟੀਮ ਵੀ ਉਹ ਵੀ ਚੇਂਜ ਹੋ ਗਈ, ਇੱਦਾਂ ਦੀਆਂ ਕੀ ਗੱਲਾਂ ਹੋਈਆਂ? ਸਭ ਤੋਂ ਬਈ ਜਦੋਂ ਕੋਈ ਵੀ ਯੂਟਿਊਬਰ ਟੁੱਟਦਾ ਹੈ ਨਾ, ਜੇ 5 ਯੂਟਿਊਬਰ ਕੰਮ ਕਰਦੇ ਤਾਂ ਉਹਨਾਂ ਵਿੱਚੋਂ 3 ਯੂਟਿਊਬਰ ਟੁੱਟਣ ਦਾ ਕਾਰਨ ਹੁੰਦਾ ਪੈਸਾ, ਜਦੋਂ ਪੈਸਾ ਆਉਣ ਲੱਗ ਜੇ ਤਾਂ ਦਿਮਾਗ ਖਰਾਬ ਹੋ ਜਾਂਦਾ ਹੈ ਨਾ। ਤਾਂ ਉਹੀ ਸੀਗਾ ਕਿ ਮੈਂ ਕਦੇ ਵੀ ਪੈਸੇ ਮਗਰ ਨਹੀਂ ਚੱਲਿਆ ਸੀਗਾ ਕਿਉਂਕਿ ਮੈਂ ਸ਼ੌਂਕ ਲਈ ਇਸ ਚੀਜ਼ ਲਾਈਨ 'ਚ ਆਇਆ ਸੀਗਾ, ਪੜ੍ਹ ਲਿਖ ਕੇ ਨੌਕਰੀ ਕਰਨ ਦੇ ਬਾਵਜੂਦ ਵੀ ਮੈਂ ਜੇ ਇਸ ਲਾਈਨ 'ਚ ਆਇਆ ਸੀ ਤਾਂ ਸ਼ੌਂਕ ਦਾ ਮਾਰਾ ਆਇਆ ਸੀਗਾ, ਮੈਂ ਪੈਸੇ ਮਾਰਾ ਨਹੀਂ ਆਇਆ ਸੀਗਾ। ਫਿਰ ਵੀ ਕੁਛ ਕੋਈ ਵੀ ਆਪਾਂ ਵੀਡੀਓ ਬਣਾਉਂਦੇ ਸੀ, ਸ਼ੂਟ ਚੱਲਦਾ ਹੁੰਦਾ ਸੀ ਜਾਂ ਕੋਈ ਕੈਮਰੇ ਦਾ ਬੰਦੋਬਸਤ ਕੁਛ ਵੀ ਸੀ, ਜਿੰਨਾ ਵੀ ਆਪਾਂ ਵੀਡੀਓ 'ਚ ਸਮਾਨ ਵਰਤਦੇ ਸੀਗੇ ਉਹ ਸਾਰਾ ਮੈਂ ਪਰਚੇਸ ਕੀਤਾ ਸੀਗਾ, ਸਾਰਾ ਕੁਛ ਖਰਚਾ ਸੀ ਮੇਰਾ ਹੁੰਦਾ ਸੀ, ਉਹ ਕੁਛ ਨਹੀਂ ਕਰਦੇ ਸੀਗੇ। ਤਾਂ ਫਿਰ ਵੀ ਬਸ ਟੁੱਟਣ ਦਾ ਕਾਰਨ ਇਹ ਹੋਇਆ ਸੀਗਾ ਕਿ ਮੈਂ ਇਕੱਲਾ ਸੀਗਾ ਸਾਡੇ ਪਿੰਡ ਦਾ ਮੁੰਡਾ, ਅਤੇ ਉਹ 2-3 ਜਾਣੇ ਸੀਗੇ ਇੱਕ ਪਿੰਡ ਦੇ, ਤਾਂ ਉਹ ਆਪਾਂ ਇੱਕ ਦਬਾਅ ਲਾ ਲਓ ਜਾਂ ਪ੍ਰਭਾਵ ਲਾ ਲਓ ਜਾਂ ਉਹ
ਬਾਕੀ ਵੀ ਸਭ ਤੋਂ ਵੱਡਾ ਵਿਸ਼ਵਾਸ ਹੁੰਦਾ ਹਨਾ ਵੀ ਬੰਦਾ ਨਾਲ ਪੜ੍ਹਦਾ ਹਨਾ ਨਾਲ ਰਹਿੰਦਾ ਖਾਂਦਾ ਪੀਂਦਾ ਹੈਗਾ ਅਤੇ ਵੀ ਮੈਂ ਤਾਂ ਉਹ ਚੀਜ਼ ਨੂੰ ਸਾਰਿਆਂ ਨੂੰ ਮਾਇੰਡ 'ਚ ਰੱਖ ਕੇ ਵੀ ਬਾਈ ਚੱਲ ਕੋਈ ਗੱਲ ਨਹੀਂ ਅਕਾਊਂਟ ਵੀ ਆਪਦਾ ਲਾ ਲਾ ਨੰਬਰ ਵੀ ਆਪਦਾ ਮੇਲ ਵੀ ਆਪਦਾ ਫੋਨ ਵੀ ਆਪਦਾ ਸਭ ਤੋਂ ਵੱਡੀ ਗੱਲ ਦੱਸ ਦਿੰਦਾ ਕਿ ਮੈਂ ਕਦੇ ਵੀ ਆਪਦੇ ਫੋਨ 'ਚ ਪੀ ਐੱਚ ਡੀ ਜੱਟ ਦਾ ਯੂਟਿਊਬ ਚੈਨਲ ਨਹੀਂ ਚਲਾਇਆ ਸੀ ਠੀਕ ਹੈ ਕਦੇ ਵੀ ਉਹਨਾਂ ਦੇ ਫੋਨ 'ਚ ਉਹਨਾਂ ਦੇ ਲੈਪਟੋਪ 'ਚ ਚੱਲਦਾ ਸੀਗਾ ਇੰਨਾ ਵਿਸ਼ਵਾਸ ਕੀਤਾ ਸੀ ਮਤਲਬ ਯਾਰੀ ਦੋਸਤੀ 'ਚ ਤੁਹਾਡੇ ਨਾਲ ਵਿਸ਼ਵਾਸ ਘਾਤ ਹੋਇਆ ਹਨਾ ਬਾਈ ਇਕੱਲਾ ਇਹ ਚੈਨਲ ਨਹੀਂ ਹੈ ਨਾ ਹਰ ਇੱਕ ਥਾਂ ਹੀ ਹੁੰਦਾ ਹੁੰਦਾ 2016 ਦੇ ਵਿੱਚ ਇੱਕ ਆਪਣੇ 17 ਦੇ ਵਿੱਚ ਵੈਬ ਸੀਰੀਜ਼ ਆਈ ਸੀ ਯਾਰ ਜਿਗਰੀ ਕਸੂਤੀ ਡਿਗਰੀ ਉਹਦੇ ਵਿੱਚ ਮਿੱਤਰ ਹੈ ਮੇਰੇ ਉਹ ਦੋ ਤਿੰਨ ਤਾਂ ਸਾਨੂੰ ਫੋਨ ਕੀਤਾ ਕਹਿੰਦੇ ਵੀ ਸੁਨਾਮ ਊਧਮ ਸਿੰਘ ਕਾਲਜ 'ਚ ਸ਼ੂਟਿੰਗ ਹੈ ਸਾਨੂੰ ਕਹਿੰਦੇ ਵੀ ਆ ਜਾਓ ਕੰਮ ਦੇਵਾਂਗੇ ਤੁਹਾਨੂੰ ਰੋਲ ਦੇਵਾਂਗੇ ਸਾਨੂੰ ਸ਼ੌਂਕ ਸੀਗਾ ਜਨਵਰੀ ਦਾ ਮਹੀਨਾ ਸੀ ਪੂਰੀ ਠੰਡ ਹੁੰਦੀ ਹੈ ਜਨਵਰੀ 'ਚ ਅਸੀਂ ਸਾਨੂੰ ਕਹਿੰਦੇ 2 ਵਜੇ ਸ਼ੂਟ ਹੈ ਦੁਪਹਿਰੇ ਮੈਂ ਅਤੇ ਮੇਰਾ ਭਾਈ ਦੋਨੇ ਵਗ ਗਏ ਮੀਂਹ ਪੈਂਦਾ ਸੀ ਬਹੁਤ ਜ਼ਿਆਦਾ ਅਸੀਂ ਸੁਨਾਮ ਵਾਲੇ ਪੁਲ ਥੱਲੇ ਘੱਟੋ ਘੱਟ 5-6 ਘੰਟੇ ਖੜ੍ਹੇ ਰਹੇ ਨਾ ਕੋਈ ਉਹਦੇ ਚਾਹ ਪਾਣੀ ਦਾ ਬੰਦੋਬਸਤ ਕੁਛ ਨਹੀਂ ਸੀ ਸ਼ੂਟਿੰਗ ਸਟਾਰਟ ਹੋਈ ਰਾਤ ਨੂੰ 12-1 ਵਜੇ ਅਤੇ ਘੰਟੇ ਦੀ ਸ਼ੂਟਿੰਗ ਸੀ 2 ਵਜੇ ਖਤਮ ਹੋ ਗਈ ਅਸੀਂ ਸਾਨੂੰ ਕਹਿੰਦੇ ਵੀ ਠੀਕ ਹੈ ਸ਼ੂਟਿੰਗ ਖਤਮ ਹੋ ਗਈ ਤੁਸੀਂ ਜਾ ਸਕਦੇ ਹੋ 1 ਵਜੇ ਰਾਤ ਨੂੰ ਜਨਵਰੀ ਦਾ ਮਹੀਨਾ ਅਤੇ ਅਸੀਂ ਆਖਿਆ ਵੀ ਸਾਨੂੰ ਉੱਥੇ ਕਿਸੇ ਨੂੰ ਰਹਿਣ ਦਾ ਬੰਦੋਬਸਤ ਦੇ ਦਿਓ ਅਤੇ ਅਸੀਂ ਮੋਟਰਸਾਈਕਲ 'ਤੇ ਗਏ ਸੀਗੇ ਕਹਿੰਦੇ ਨਹੀਂ ਬਾਈ ਕਹਿੰਦੇ ਰਹਿਣ ਦਾ ਕੋਈ ਬੰਦੋਬਸਤ ਨਹੀਂ ਵੀ ਤੁਸੀਂ ਜਾਓ ਮਤਲਬ ਵੀ ਆਹ ਲਾਈਨ ਇੱਕ ਇਹੋ ਜਿਹੀ ਹੈ ਵੀ ਮਤਲਬ ਕੱਢੋ ਅਤੇ ਬੰਦਾ ਛੱਡੋ ਠੀਕ ਹੈ ਆਹ ਚੀਜ਼ ਹੁੰਦੀ ਹੈ ਠੀਕ ਹੈ ਬਾਈ ਜੀ ਅਤੇ ਤੁਸੀਂ ਮਤਲਬ ਜਿਹੜੀ ਹੁਣ ਟੀਮ ਹੈ ਅਤੇ ਇੱਥੇ ਤੁਸੀਂ ਜਿਹੜਾ ਹੁਣ ਚੈਨਲ ਹੁਣ ਤੁਹਾਡੇ ਕੋਲ ਹੈ ਕਿ ਹੁਣ ਵੀ ਮਤਲਬ ਬਈ ਇਹ ਚੈਨਲ ਪ੍ਰੋਪਰ ਤਰੀਕੇ ਨਾਲ ਮੇਰਾ ਨਹੀਂ ਹੈਗਾ ਠੀਕ ਹੈ ਇਹ ਮੇਰੇ ਪਿੰਡ ਦਾ ਮੁੰਡਾ ਆਪਾਂ ਨੂੰ ਮਿਲਾਵਾਂਗੇ ਸੰਦੀਪ ਛਿੰਦਾ ਚਹਿਲ ਇਹ ਪਹਿਲਾਂ ਕੰਮ ਕਰਦੇ ਹੁੰਦੇ ਸੀਗੇ ਤਾਂ ਉਦੋਂ ਚਲੋ ਹੁਣ ਇਹ ਆਪਦੇ ਘਰਾਂ ਦੇ ਵਿੱਚ ਬਿਜੀ ਹੋ ਗਏ ਜਾਂ ਟੀਮ ਨਾ ਪੂਰੀ ਹੋਈ ਉਹ ਇਹਨਾਂ ਦਾ ਪਰਮਰਸਨਲ ਮੈਟਰ ਸੀਗਾ ਵੀ ਉਹ ਚੈਨਲ ਇਹਨਾਂ ਕੋਲ ਪਿਆ ਸੀ ਜਿਹਦੇ ਉੱਤੇ 4,000 ਸਬਸਕ੍ਰਾਈਬਰ 4200 ਸੀਗਾ ਸ਼ਾਇਦ ਇੰਨਾ ਕੁ ਤਾਂ ਜਦੋਂ ਮੰਨ ਕੇ ਚੱਲੂ ਕਿ ਮੇਰਾ ਉਹਨਾਂ ਨਾਲ ਟੁੱਟ ਗਿਆ ਤਾਂ ਇਹ ਇਹਨਾਂ ਨੇ ਫੀਲ ਕੀਤਾ ਸਾਰਾ ਪਿੰਡ ਦੇ ਮੁੰਡਿਆਂ ਨੇ ਕੁਛ ਕੁ ਛਿੰਦੇ ਦੇ ਰਿਸ਼ਤੇਦਾਰਾਂ ਮੁੰਡੇ ਮਨਪ੍ਰੀਤ ਕੁਝ ਕੁ ਮੇਰੇ ਯਾਰ ਦੋਸਤ ਆ ਮੁੰਡਾ ਗੁਰਦੀਪ ਜਿੰਦਰ ਅਤੇ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੇ ਅਤੇ ਇਹਨਾਂ ਨਾਲ ਸਾਰਿਆਂ ਨੇ ਇਕੱਠੇ ਹੋ ਕੇ ਨਾ ਮੈਨੂੰ ਯਾਦ ਕੀਤਾ ਵੀ ਚੱਲ ਤੇਰੇ ਕੋਲ ਸਾਰਾ ਕੁਛ ਹੈਗਾ ਤੂੰ ਵੀਡੀਓ ਲਿਖ ਲੈਣਾ ਐਡੀਟਿੰਗ ਕਰ ਲੈਣਾ ਸਾਰਾ ਕੁਛ ਕਰ ਲੈਣਾ ਤਾਂ ਉਹ ਛਿੰਦੇ ਦਾ ਚੈਨਲ ਹੈ ਫਿਲਹਾਲ ਨਾ ਉਹਦੇ ਪੀ ਐੱਚ ਡੀ ਉਹ ਮੇਰਾ ਹੀ ਕੀਤਾ ਹੋਇਆ ਅਤੇ ਮਤਲਬ ਤੁਸੀਂ ਇਹਦਾ ਨਾਮ ਵੀ ਪੀ ਐੱਚ ਡੀ ਜੱਟ ਕਰ ਲਿਆ ਅਤੇ ਬਈ ਜਿਹੜਾ ਪਹਿਲਾਂ ਵਾਲਾ ਚੈਨਲ ਸੀ ਉਹਦਾ ਨਾਮ ਫਿਰ ਉਹਨਾਂ ਨੇ ਬਈ ਨਾਂ ਪੂਰੇ ਤਾਂ ਪੀ ਐੱਚ ਡੀ ਕਰ ਰੱਖਿਆ ਠੀਕ ਹੈ ਮਗਰ ਕੋਈ ਆਪਦਾ ਗੋਤ ਲਾ ਲਿਆ ਉਹਨਾਂ ਨੇ ਅਤੇ ਉਹ ਹੁੰਦਾ ਨਾ ਵੀ ਕਦੇ ਵੀ ਕਾਪੀ ਕਰਕੇ ਚੀਜ਼ਾਂ ਚੱਲਦੀਆਂ ਹੁੰਦੀਆਂ ਬਹੁਤ ਚਿਰ ਨਹੀਂ ਚੱਲਦੀਆਂ ਹੁੰਦੀਆਂ ਉਹ ਅਤੇ ਬਈ ਮਤਲਬ ਜਿਵੇਂ ਤੁਸੀਂ ਕਿਹਾ ਹੈ ਨਾ ਵੀ ਮੇਰੀਆਂ ਲਿਖੀਆਂ ਸਟੋਰੀਆਂ ਤਰਨਾਟ ਹੋਰਾਂ ਨੇ ਢਿੱਲੋ ਬਠਿੰਡੇ ਵਾਲਿਆਂ ਨੇ ਅਤੇ ਮਤਲਬ ਇਹ ਤੁਹਾਡੀ ਹੁਣ ਸਪੋਰਟ ਹੁਣ ਕਰਦੇ ਆ ਕਿ ਮਤਲਬ ਕਿਵੇਂ ਕੀ ਇਹਨਾਂ ਨਾਲ ਕਿਵੇਂ ਆ ਸਰਕਲ ਤੁਹਾਡਾ ਸਰਕਲ ਬਈ ਸਟੋਰੀਆਂ ਸਾਰੇ ਲੈ ਲੈਂਦੇ ਹੈ ਨਾ ਪਰ ਜਦੋਂ ਕੋਈ ਆਪਾਂ ਕਹਿ ਦਈਏ ਵੀ ਅਸੀਂ ਚੈਨਲ ਨਵਾਂ ਬਣਾਇਆ ਜਾਂ ਮੇਰੇ ਨਾਲ ਚੀਜ਼ ਹੋ ਗਈ ਸ਼ੇਅਰ ਕਰ ਦਿਓ ਕੋਈ ਨਹੀਂ ਕਰਦਾ ਸਿਰਫ ਇੱਕ ਬੰਦਾ ਹੀ ਹੈ ਜਿਹੜਾ ਅੱਜ ਦੇ ਟਾਈਮ 'ਚ ਸਪੋਰਟ ਕਰਦਾ ਢਿੱਲੋ ਬਠਿੰਡੇ ਵਾਲਾ ਮਨਦੀਪ ਢਿੱਲੋ ਉਹਨਾਂ ਨੂੰ ਆਪਾਂ ਕੋਈ ਵੀ ਕੰਮ ਕਹਿ ਦਈਏ ਕੋਈ ਵੀ ਵੀਡੀਓ ਸ਼ੇਅਰ ਕਰਨ ਵਾਲੀ ਜਾਂ ਕੋਈ ਚੈਨਲ ਦੇ ਪ੍ਰਤੀ ਪ੍ਰੋਬਲਮ ਹੈ ਪੇਜ ਪ੍ਰਤੀ ਪ੍ਰੋਬਲਮ ਹੈ ਤਾਂ ਉਹ ਬੰਦੇ ਪਹਿਲੇ ਬੋਲ 'ਤੇ ਹੱਲ ਕਰਦੇ ਆ ਜਾਂ ਕੋਈ ਵੀ ਕੰਮ ਕਹਿ ਦਈਏ ਪਹਿਲੇ ਬੋਲ 'ਤੇ ਕਰਦੇ ਆ ਇੱਥੋਂ ਤੱਕ ਜਿੰਨਾ ਕੁ ਵੀ ਆਪਾਂ ਕਹਿ ਦਈਏ ਵੀ ਜੇ ਕੋਈ 4 ਯੂਟਿਊਬਰ ਜਾਣਦੇ ਆ ਫੋਨ ਕਰਦੇ ਆ ਸਟੋਰੀ ਚਾਹੀਦੀ ਆ ਤਾਂ ਉਹ ਮਨਦੀਪ ਢਿੱਲੋਂ ਕਰਕੇ ਅਤੇ ਬਾਈ ਢਿੱਲੋਂ ਬਠਿੰਡੇ ਵਾਲੇ ਕਰਕੇ ਹੀ ਆ ਅਤੇ ਆਪਾਂ ਵੀ ਉਹਨਾਂ ਨੂੰ ਆਪਾਂ ਇੱਕ ਕਹਿ ਦਈਏ ਵੱਡਾ ਭਰਾ ਸਮਝਦੇ ਹਾਂ ਅਤੇ ਉਹਨਾਂ ਨਾਲ ਮੋਹ ਦਿਲੋਂ ਮੋਹ ਪਿਆਰ ਹੈ ਤਾਂ ਹੀ ਉਹ ਬੰਦੇ ਸਪੋਰਟ ਕਰਦੇ ਆ ਆਪਣੀ ਅੱਛਾ ਬਾਈ ਜੀ ਚਲੋ ਠੀਕ ਹੈ ਤੁਹਾਡੇ ਨਾਲ ਜਿਹੜੇ ਤੁਹਾਡੀ ਇਸ ਲਾਈਨ ਦੇ ਵਿੱਚ ਯੂਟਿਊਬ ਵਾਲੀ ਲਾਈਨ 'ਚ ਲਾ ਲਓ ਨਾ ਇਹਦੇ 'ਚ ਜੋ ਵੀ ਤੁਹਾਡੇ ਨਾਲ ਧੋਖੇ ਧੜੀਆਂ ਹੋਈਆਂ ਠੀਕ ਹੈ ਪਰ ਜੇ ਤੁਸੀਂ ਤੁਹਾਡੇ ਤੋਂ ਕਿਹਾ ਜਾਵੇ ਤੁਸੀਂ ਕੋਈ ਮੈਸੇਜ ਦਿਓ ਉਹਨਾਂ ਨੂੰ ਜਿਹੜੇ ਨਵੇਂ ਆਉਂਦੇ ਆ ਯੂਟਿਊਬ 'ਤੇ ਜਾਂ ਇਸ ਲਾਈਨ 'ਚ ਆ ਰਹੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਬਾਈ ਇਹੀ ਹੈ ਕਿ ਕੋਈ ਵੀ ਬੰਦਾ ਜੇ ਯੂਟਿਊਬ ਲਾਈਨ ਦੇ ਵਿੱਚ ਆਉਂਦਾ ਨਵਾਂ ਮੁੰਡਾ ਬੇਸ਼ੱਕ ਕੋਈ ਆਪਦਾ ਭਰਾ ਹੈ ਬੇਸ਼ੱਕ ਕੋਈ ਯਾਰ ਦੋਸਤ ਹੈ ਭਰੋਸਾ ਜਮ੍ਹਾਂ ਵੀ ਨਾ ਕਰੋ ਜੋ ਵੀ ਕੰਮ ਆਪਦਾ ਲੀਗਲ ਕਰੋ ਲਿਖਤ ਲਿਖਿਆ ਕਰੋ ਵੀ ਕੱਲ੍ਹ ਨੂੰ ਜੇ ਆਪਾਂ ਅੱਡ ਹੁੰਦੇ ਹਾਂ ਚੈਨਲ ਕੌਣ ਰੱਖੂਗਾ ਪੈਸੇ ਕੌਣ ਰੱਖੂਗਾ ਜੇ ਆਪਾਂ ਟੀਮ ਵਰਕ ਕਰਦੇ ਹਾਂ ਤਾਂ ਆਪਣਾ ਜਿਹੜਾ ਜੁਆਇੰਟ ਅਕਾਊਂਟ ਲਾਓ ਇੱਕ ਸਾਰੇ ਬੰਦਿਆਂ ਦੇ ਲਿਖਤ ਲਿਖਾ ਕਰਕੇ ਵੀ ਸਭ ਨੂੰ ਅਕਾਊਂਟ ਦੀ ਡਿਟੇਲ ਪਤਾ ਲੱਗੇ ਅਤੇ ਸਾਰੇ ਉਹ ਅਕਾਊਂਟ 'ਤੇ ਆਪੋ ਆਪਦਾ ਵਰਕ ਕਰ ਸਕਣ ਪਤਾ ਲੱਗਦਾ ਰਿਹਾ ਵੀ ਆਪਣਾ ਅਕਾਊਂਟ ਕਿੱਥੇ ਆ ਜਾਂ ਆਪਣਾ ਯੂਟਿਊਬ ਚੈਨਲ ਕਿੱਥੇ ਕੰਮ ਕਰ ਰਿਹਾ ਕਦੇ ਵੀ ਕਿਸੇ 'ਤੇ ਭਰੋਸਾ ਨਾ ਕਰੋ ਕਿਉਂਕਿ ਪੈਸਾ ਬਾਈ ਬਹੁਤ ਬਹੁਤ ਵੱਡੇ ਵੱਡੇ ਬੰਦਿਆਂ 'ਚ ਫਿੱਕ ਪਵਾ ਦਿੰਦਾ ਰਿਸ਼ਤੇ ਤੜਾ ਦਿੰਦਾ ਇਹ ਗੱਲ ਤਾਂ ਹੈ ਬਾਈ ਅਤੇ ਬਾਈ ਜੀ ਜਿਹੜੇ ਤੁਸੀਂ ਅੱਗੇ ਜਿਹੜੇ ਤੁਹਾਡੇ ਪ੍ਰੋਜੈਕਟ ਆ ਰਹੇ ਉਹਨਾਂ ਬਾਰੇ ਦੱਸਣਾ ਚਾਹੋਗੇ ਕੋਈ ਆਪਣੇ ਜਿਹੜੇ ਇਸ ਚੈਨਲ 'ਤੇ ਆ ਰਹੇ ਨਵੇਂ ਆਪਣੇ ਬਾਈ ਪੀ ਐੱਚ ਡੀ ਚੈਨਲ 'ਤੇ ਹੁਣ ਸਟੋਰੀ ਪਾ ਰਹੇ ਆਪਾਂ ਵੈਬ ਸੀਰੀਜ਼ ਚੱਲੀ ਜਾਂਦੀ ਆਪਣੀ ਜੱਗਾ ਠੱਗ ਉਹਦਾ 5 ਭਾਗ ਤੱਕ ਪਾ ਤੇ ਅਤੇ ਬਾਬੇ ਗਿਰ ਦੀ ਮਿਹਰ ਨਾਲ ਆਪਾਂ ਉਹਨੂੰ 100 'ਤੇ ਲੈ ਕੇ ਜਾਵਾਂਗੇ ਕਿਉਂਕਿ ਸਾਰੀ ਟੀਮ ਹੈ ਅਤੇ ਵਧੀਆ ਸਾਰੇ ਸਟੋਰੀਆਂ ਲਿਖਦੇ ਆ ਜਿਹੜੀ ਹੁਣ ਵਾਲੀ ਟੀਮ ਹੈ ਸਾਰੀ ਸਾਰੇ ਸਟੋਰੀਆਂ ਲਿਖ ਲੈਂਦੇ ਆ ਸਾਰੇ ਹੀ ਕੰਮ ਕਰ ਲੈਂਦੇ ਵਧੀਆ ਕਿਉਂਕਿ ਪਹਿਲਾਂ ਮੈਂ ਇਕੱਲਾ ਹੁੰਦਾ ਸੀ ਤਾਂ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਬੋਝ ਹੁੰਦਾ ਸੀ ਸਾਰੇ ਵਧੀਆ ਕੰਮ ਕਰਦੇ ਆ ਚੰਗੀ ਟੀਮ ਦਾ ਫਰਕ ਤਾਂ ਪੈਂਦਾ ਹੀ ਆ
ਆ ਜੱਗਰ ਆਮਲੀ ਮੈਂ ਮੱਗਰ ਆਮਲੀ ਤੂੰ ਤਾਂ ਕਹਿਲਿਆ ਮੱਗਰ ਤੇ ਹੈ ਮੱਗਰ ਆਮਲੀ ਤਾਂ ਮੈਂ ਆ ਲਓ ਜੀ ਪੀਐਚਡੀ ਜੱਟ ਚੈਨਲ ਦੇ ਵਾਸਤੇ ਜਿਹੜੀ ਵੀਡੀਓ ਸ਼ੂਟ ਹੋ ਰਹੀ ਸੀਗੀ ਤੇ ਤੁਹਾਨੂੰ ਦੱਸਿਆ ਸੀ ਆਹ ਜਿਹੜੀ ਟੀਮ ਆ ਆਪਾਂ ਸਾਰੀ ਟੀਮ ਨੂੰ ਦਿਖਾਉਣੀ ਆ ਬਾਈ ਬਾਬੋ ਆਹ ਜਿੰਦਰ ਸਰਪੰਚ ਦੇ ਘਰ ਹੋ ਜਾਂਦੀ ਹਰ ਇੱਕ ਵੀਡੀਓ ਚ ਚੋਰੀ ਕਦੇ ਦੀ ਬੱਕਰੀ ਚੋਰੀ ਹੋ ਵੀ ਕਦੇ ਕੁਛ ਇਹ ਸਾਡਾ ਗੱਟੂ ਹਲਵਾਈ ਇਹ ਸਾਰੇ ਕੱਟੇ ਸਾਰੇ ਰੋਲ ਕਰ ਲਾ ਲੈ ਕੋਈ ਮਰਜ਼ੀ ਦੇ ਦੇ ਹਾਂ ਇਹ ਬੰਦਾ ਆਲ ਰਾਊਂਡਰ ਹੈ ਇਹ ਬਿੰਨੀ ਇਹ ਥੋੜਾ ਜਿਹਾ ਹਜੇ ਬੱਚਾ ਇਹ ਥੋੜਾ ਘੱਟ ਕੱਚਾ ਚੌਲ ਹੈ ਕੱਚਾ ਚੌਲ ਠੀਕ ਹੈ ਆਹ ਕੈਲੇ ਦਾ ਮੁੰਡਾ ਉਹ ਦੇਖ ਉਹ ਬੱਕਰੀ ਚੋਰੀ ਜਾਂਦਾ ਹੈ ਅੱਛਾ ਇੱਕ ਬੰਦਾ ਆ ਸੇ ਠੀਕ ਹੈ ਅੱਛਾ ਆ ਟੀਮ ਆ ਬਈ ਪੀਐਚਡੀ ਜੱਟ ਵਾਲੀ ਸਾਰਾ ਦਿਨ ਫੋਨ ਤੇ ਲੱਗੇ ਨੇ ਇਹਨੂੰ ਕੱਲੇ ਆਸ਼ਕਲੇ ਰੋਲ ਦੇ ਦੇ ਅੱਛਾ ਇਹਨੂੰ ਕੱਲੇ ਆਸ਼ਕਲੇ ਰੋਲ ਦੇ ਦੇ ਇਹ ਸਾਰੀ ਜਿਹੜੀ ਪੂਰੀ ਟੀਮ ਹੈਗੀ ਹੈ ਇਹ ਪੀਐਚਡੀ ਜੱਟ ਦੀ ਪੂਰੀ ਟੀਮ ਆ ਤੇ ਚਲੋ ਆਪਾਂ ਹੁਣ ਵੀਡੀਓ ਸ਼ੂਟ ਕਰਦੇ ਆ ਬਾਕੀ ਤੁਸੀਂ ਵੀਡੀਓ ਜਿਹੜੀ ਹੈਗੀ ਆ ਜਿਹੜਾ ਇਹ ਇੰਟਰਵਿਊ ਹੈਗਾ ਇਹ ਤੁਸੀਂ ਦੇਖਿਓ ਆਪਣੇ ਚੜਦੇ ਪੰਜਾਬ ਵਾਲੇ ਚੈਨਲ ਤੇ ਤੇ ਜਿਹੜੀ ਆ ਵੀਡੀਓ ਦੀ ਸ਼ੂਟ ਚੱਲ ਰਿਹਾ ਹੈਗਾ ਇਹ ਵੀਡੀਓ ਦੇਖਿਓ ਤੁਸੀਂ ਪੀਐਚਡੀ ਜੱਟ ਤੇ ਠੀਕ ਹੈ ਦੋਨਾਂ ਚੈਨਲਾਂ ਨੂੰ ਕਰ ਲਓ ਸਬਸਕ੍ਰਾਈਬ ਤੇ ਫੇਸਬੁੱਕ ਵਾਲੇ ਕਰ ਲਓ ਫੋਲੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ।